गुड मॉर्निंग ऑल, मैं मोनिका मेहता, साइंस मिस्टर्स GSS लोगड़। अज थोनू करवा रहे हैं पाठ सत्तवीं क्लास का, पाठ नंबर 10 संजीवा विच संक्रिया, पार्ट 3 आक्सी अनाक्सी संक्रिया की होंदी है, खमीरीकरण ते दे बारे। लेट्स डू, ठीक है, चलो अगे असी करिए। ਤਾਂ ਆਕਸੀ ਸੰਕਿਰਿਆ ਕੀ ਹੁੰਦੀ ਹੈ? ਜਦੋਂ ਗਲੂਕੋਜ਼ ਆਕਸੀਜਨ ਦੇ ਨਾਲ ਕਿਰਿਆ ਕਰਦਾ ਹੈਗਾ ਤਾਂ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਪ੍ਰਾਪਤ ਹੁੰਦੀ ਹੈ। ਤਾਂ ਇਹ ਕਿਰਿਆ ਕੀ ਹੋਈ? ਆਕਸੀਜਨ ਦੀ ਮੌਜੂਦਗੀ 'ਚ ਹੁੰਦੀ ਹੈ ਔਰ ਇਹਦੇ ਉਤਪਾਦ ਕੀ ਹੈ? ਕਾਰਬਨ ਡਾਈਆਕਸਾਈਡ, ਵਾਟਰ ਅਤੇ ਊਰਜਾ, ਠੀਕ ਹੈ। ਇਹ ਸੈੱਲ ਦੇ ਮਾਈਟੋਕੋਂਡਰੀਆ 'ਚ ਹੋਏਗੀ। ਇਹਨੂੰ ਆਕਸੀ ਸੰਕਿਰਿਆ ਕਹਿੰਦੇ ਹਨ। ਇਹਦੇ ਵਿੱਚ 38 ATP एनर्जी दे पैदा होंदे हन। असी पहला पढ़िया हैगा कि क्लोरोफिल दे विच प्रकाश संश्लेषण किरिया होंदी है। तो प्रकाश संश्लेषण किरिया ते सां किरिया एक दूजे दे विपरीत क्रियावां हन। इस च देख सकते हो कार्बन डाइऑक्साइड ते पानी मिलके ग्लूकोज ते ऑक्सीजन बनांदे आ। आओ असी कंपैरिजन करिए कि तुसी इत्थे दोबारा देखो, ग्लूकोज प्लस ऑक्सीजन मिलके कार्बन डाइऑक्साइड पानी ते ऊर्जा बना रहे हैं, माइटोकॉन्ड्रिया च हो रही है, इनू संक्रिया कहिंदे आ। पर प्रकाश संश्लेषण क्रिया च, ठीक है, कार्बन डाइऑक्साइड वाटर ते सूरज दी रोशनी सोख के ग्लूकोज ते ऑक्सीजन बनता है। इस असी एक एनीमेशन राही देखते हैं जो ये अभिकारक है वह प्रकाश संश्लेषण क्रिया के की है प्रोडक्ट्स है, ठीक है। दीज आर दी ਓਪੋਜ਼ਿਟ ਰਿਐਕਸ਼ਨ, ਰਿਵਰਸੀਬਲ ਰਿਐਕਸ਼ਨਸ ਹੈਗੀਆਂ। ਤਾਂ ਸੈਲੂਲਰ ਰੈਸਪਰੇਸ਼ਨ 'ਚ ਜਿਹੜੇ ਸੰਕਿਰਿਆ ਦੇ ਰਿਐਕਟੈਂਟਸ ਹੈ ਉਹਦੇ ਫੋਟੋਸਿੰਥਸਿਸ ਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਕੀ ਹੈਗੇ ਆ? ਪ੍ਰੋਡਕਟਸ ਹੈਗੇ ਆ। ਤਾਂ ਇੱਦਾਂ ਤੁਸੀਂ ਕੰਪੇਅਰ ਕਰ ਸਕਦੇ ਹੋ ਦੋਨਾਂ ਨੂੰ, ਸੰਕਿਰਿਆ ਅਤੇ ਫੋਟੋ ਸਿੰਥਸਿਸ, ਦੇ ਆਰ ਓਪੋਜ਼ਿਟ ਟੂ ਈਚ ਅਦਰ, ਠੀਕ ਹੈ। ਇਹਦੇ ਸੰਕਿਰਿਆ ਦੇ ਅਭਿਕਾਰਕ ਅਤੇ ਫੋਟੋਸਿੰਥਸਿਸ ਦੇ ਕੀ ਹੈ? ਪ੍ਰੋਡਕਟ ਹੈਗੇ ਆ, ਉਤਪਾਦ ਹੈਗੇ ਆ। ਤਾਂ ਦੀਜ਼ ਆਰ ਦੀ ਰਿਵਰਸੀਬਲ ਰਿਐਕਸ਼ਨ। ਸੈੱਲ ਦੇ ਮਾਈਟੋਕੋਂਡਰੀਆ 'ਚ ਹੋਏਗੀ, ਗਲੂਕੋਜ ਆਕਸੀਜਨ ਨਾਲ ਬਰਨ ਕਰਕੇ ਕਾਰਬਨ ਡਾਈਆਕਸਾਈਡ ਵਾਟਰ ਅਤੇ ਊਰਜਾ ਪੈਦਾ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਲੋਰੋਪਲਾਸਟ 'ਚ ਹੁੰਦੀ ਆ ਅਤੇ ਮਾਈਟੋਕੋਂਡਰੀਆ 'ਚ ਸੰਕਿਰਿਆ ਹੋਏਗੀ। ਸੰਕਿਰਿਆ ਦੇ ਉਤਪਾਦ ਜਿਹੜੇ ਹੁੰਦੇ ਆ ਕਾਰਬਨ ਡਾਈਆਕਸਾਈਡ ਅਤੇ ਪਾਣੀ ਹੁੰਦਾ, ਔਰ ਕਲੋਰੋ ਇਹਦੇ ਫੋਟੋਸਿੰਥਸਿਸ ਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਉਤਪਾਦ ਕੀ ਹੈ? ਗਲੂਕੋਜ਼ ਅਤੇ ਆਕਸੀਜਨ, ਠੀਕ ਹੈ। ਉਹ ਪਲਾਂਟਸ ਸੈੱਲਾਂ 'ਚ ਹੁੰਦਾ, ਕਲੋਰੋਪਲਾਸਟ ਮਾਈਟੋਕੋਂਡਰੀਆ ਦੋਨਾਂ ਸੈੱਲਾਂ 'ਚ ਹੀ ਹੁੰਦਾ। ਤਾਂ ਦੀਜ਼ ਆਰ ਦੀ ਰਿਵਰਸੀਬਲ ਰਿਐਕਸ਼ਨ, ਗਲੂਕੋਜ਼ ਆਕਸੀਜਨ ਦੀ ਮੌਜੂਦਗੀ 'ਚ ਕੀ ਉਤਪਾਦ ਬਣਨਗੇ? ਕਾਰਬਨ ਡਾਈਆਕਸਾਈਡ, ਵਾਟਰ ਅਤੇ ਐਨਰਜੀ। ਪਰ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹੈਗੇ ਹਾਂ ਤਾਂ ਸਾਡੇ ਮਸਲਸ ਦੇ ਵਿੱਚ, ਮਾਸਪੇਸ਼ੀਆਂ ਦੇ ਵਿੱਚ ਆਕਸੀਜਨ ਦੀ ਅਮਾਊਂਟ ਕੀ ਹੈ? ਇਨਸਫੀਸ਼ੀਐਂਟ ਹੋ ਜਾਂਦੀ ਹੈ, ਘੱਟ ਆਕਸੀਜਨ ਪਹੁੰਚਦੀ ਹੈਗੀ ਹੈ, ਜਿਸ ਕਰਕੇ ਗਲੂਕੋਜ਼ ਕਾਰਬਨ ਡਾਈਆਕਸਾਈਡ ਅਤੇ ਪਾਣੀ 'ਚ ਨਹੀਂ ਟੁੱਟ ਪਾਉਂਦੀ। ਉਹ ਕਿਸ 'ਚ ਟੁੱਟਦੀ ਹੈ? ਲੈਕਟਿਕ ਐਸਿਡ 'ਚ। ਗਲੂਕੋਜ਼ ਤੋਂ ਕੀ ਬਣਦਾ? ਲੈਕਟਿਕ ਐਸਿਡ। ਇਸ ਕਰਕੇ ਸਾਡੀਆਂ ਜਿਹੜੀਆਂ ਬਾਹਾਂ ਵਗੈਰਾ, ਲੱਤਾਂ, ਉਹ ਦੁਖਣ ਲੱਗ ਜਾਂਦੀਆਂ, ਤਾਂ ਅਸੀਂ ਮਾਲਿਸ਼ ਕਰਵਾਉਂਦੇ ਹਾਂ ਤਾਂ ਲੈਕਟਿਕ ਐਸਿਡ ਕਾਰਬਨ ਡਾਈਆਕਸਾਈਡ ਪਾਣੀ ਦੇ ਵਿੱਚ ਟੁੱਟ ਜਾਏਗਾ, ਠੀਕ ਹੈ। ਤਾਂ ਇਹ ਜਿਹੜੇ ਐਥਲੀਟ ਹੁੰਦੇ ਆ ਉਹ ਆਪਣੀ ਮਾਲਿਸ਼ ਕਰਾਉਂਦੇ ਆ ਤਾਂ ਕਿ ਬਲੱਡ ਸਰਕੂਲੇਸ਼ਨ ਵਧੇ। ਬਲੱਡ ਸਰਕੂਲੇਸ਼ਨ ਅਗਰ ਵਧੇਗੀ ਤਾਂ ਆਕਸੀਜਨ ਦੀ ਜ਼ਿਆਦਾ ਸਪਲਾਈ ਹੋਏਗੀ, ਠੀਕ ਹੈ। ਦਿਖਾਇਆ ਹੈਗਾ ਡਿਊਰਿੰਗ ਦੀ ਮਸਕੂਲਰ ਐਕਟੀਵਿਟੀ, ਤਾਂ ਲੈਕਟਿਕ ਐਸਿਡ ਬਣਦਾ ਹੈਗਾ ਗਲੂਕੋਜ਼ ਤੋਂ, ਇਸ ਕਰਕੇ ਸਾਡੀਆਂ ਬਾਹਾਂ ਵਗੈਰਾ ਦੁਖਣ ਲੱਗ ਜਾਂਦੀਆਂ ਹੈਗੀਆਂ। ਆਓ ਅਸੀਂ ਇੱਕ ਕਿਰਿਆ ਰਾਹੀਂ ਪਤਾ ਕਰੀਏ ਕਿ ਜਿਹੜੀ ਸਾਰਾ ਹੀ ਅਸੀਂ ਬਾਹਰ ਗੈਸ ਕੱਢ ਰਹੇ ਹਾਂ, ਐਕਸੇਲ ਕਰ ਰਹੇ ਹਾਂ, ਉਹ ਕਾਰਬਨ ਡਾਈਆਕਸਾਈਡ ਹੁੰਦੀ ਹੈ, ਠੀਕ ਹੈ। ਕਿਹੜੀ ਗੈਸ ਕੱਢਦੇ ਹਾਂ? ਅਸੀਂ ਇੱਕ ਟੈਸਟ ਟਿਊਬ 'ਚ ਚੂਨੇ ਦਾ ਘੋਲ ਰਹੇ ਹਾਂ, ਕੈਲਸ਼ੀਅਮ ਹਾਈਡਰੋਕਸਾਈਡ, ਲਾਈਮ ਵਾਟਰ ਇਹਨੂੰ ਕਹਿੰਦੇ ਹਾਂ। ਇੱਕ ਸਟੋਰ ਰਾਹੀਂ ਤੁਸੀਂ ਕਾਰਬਨ ਡਾਈਆਕਸਾਈਡ ਐਕਸੇਲ ਕਰੋ, ਇਹਦੇ ਵਿੱਚ ਪਾਓ, ਠੀਕ ਹੈ। ਸਾਹ ਰਾਹੀਂ ਫੂਕ ਮਾਰ ਕੇ ਇਹਦੇ ਵਿੱਚ ਪਾਓ ਤਾਂ ਥੋੜ੍ਹੀ ਦੇਰ ਬਾਅਦ ਦੇਖੋਗੇ ਤੁਸੀਂ ਵਾਟਰ ਕਿਆ ਹੈ, ਮਿਲਕੀ ਹੋ ਜਾਂਦੇ ਆ। ਮੈਂ ਇੱਥੇ ਫਾਰਮੂਲਾ ਲਿਖ ਲੈਂਦੀ ਹਾਂ, ਕੈਲਸ਼ੀਅਮ ਹਾਈਡਰੋਕਸਾਈਡ ਲਾਈਮ ਵਾਟਰ ਹੁੰਦਾ, ਸਾਹ ਰਾਹੀਂ ਕਾਰਬਨ ਡਾਈਆਕਸਾਈਡ ਨਿਕਲੀ ਤਾਂ ਕੈਲਸ਼ੀਅਮ ਕਾਰਬੋਨੇਟ ਬਣ ਜਾਏਗਾ, ਇਸ ਕਰਕੇ ਜਿਹੜਾ ਵਾਟਰ ਹੈ ਉਹ ਕੀ ਹੋ ਜਾਂਦਾ? ਮਿਲਕੀ ਹੋ ਜਾਂਦਾ। ਕਿਹੜਾ? ਲਾਈਮ ਵਾਟਰ ਵਿਲ
टर्न इन टू मिल्की। यू कैन से कि एक टेस्ट ट्यूब लाओ, उहदे विच लाइम वाटर लाओ चूने दा पानी ते स्ट्रॉ दी हेल्प दे नाल तुसीं ठीक है फूक मारो तां तुहाडी लाइम वाटर की है मिल्की हो जाएगा। इस तो पता लगता है जिहड़ी साह क्रिया राहीं गैस बाहर कढ़दे आ एक्सहेल कढ़दे आ वो की है कार्बन डाइऑक्साइड हुंदी है। आओ असी साह क्रिया नू समझण लई एक मॉडल बनाई है। सानू की चाहिए एक प्लास्टिक बॉटल बैलूनस रबड़ बैंड एंड स्ट्रॉ। इन्हां नू असी इदां अरेंजमेंट किया होया ठीक है स्ट्रॉ दे नाल बैलून लाए हैगे आ नीचे आ ते किवें वर्क करदा हैगा देखो जदों इहदा आयतन वध जांदा ਤਾਂ ਬੈਲੂਨਸ ਕੀ ਆ ਫੁੱਲਦੇ ਹੈਗੇ ਆ ਠੀਕ ਹੈ ਸੁੰਗੜਨ ਅਤੇ ਡਾਇਆਫਰਾਮ ਦੇ ਸੁੰਗੜਨ ਅਤੇ ਫੈਲਣ ਦੇ ਕਰਕੇ ਜਿਹੜਾ ਹੈਗਾ ਫੇਫੜਿਆਂ 'ਚ ਸਾਹ ਆਏਗਾ ਮਤਲਬ ਆਕਸੀਜਨ ਆਏਗੀ ਔਰ ਐਕਸੇਲ ਹੁੰਦੀ ਹੈ ਜਦੋਂ ਡਾਇਆਫਰਾਮ ਉੱਪਰ ਜਾਂਦਾ। ਅਸੀਂ ਆਲਰੇਡੀ ਪਾਰਟ 1 'ਚ ਸਾਰਾ ਕੁਛ ਦੇਖ ਚੁੱਕੇ ਹਾਂ। ਥੈਂਕ ਯੂ ਫੋਰ ਵਾਚਿੰਗ ਦੀ ਵੀਡੀਓ ਠੀਕ ਹੈ। ਤੁਸੀਂ ਇੱਦਾਂ ਵੀ ਬਣਾ ਸਕਦੇ ਹੋ ਮਾਡਲ ਤਾਂ ਟਰਾਈ ਟੂ ਅੰਡਰਸਟੈਂਡ ਆਲ ਟੋਪਿਕਸ। ਸਭ ਤੋਂ ਪਹਿਲਾਂ ਅਸੀਂ ਮਨੁੱਖ ਦੇ ਵਿੱਚ ਸਾਹ ਕਿਰਿਆ ਦਾ ਟੋਪਿਕ ਕੀਤਾ ਸੀਗਾ ਠੀਕ ਹੈ। ਦੈਨ ਹੋਰ ਐਨੀਮਲਸ ਕੋਕਰਸ ਗੰਡੋਏ ਡੱਡੂ ਮੱਛੀ ਪੌਦੇ ਕਿਵੇਂ ਸਾਹ ਲੈਂਦੇ ਹੈ ਠੀਕ ਹੈ। ਜਿਹੜੀ ਗੈਸ ਕੱਢਦੇ ਹਾਂ ਅਸੀਂ ਉਹ ਕੀ ਹੁੰਦੀ ਹੈ ਕਾਰਬਨ ਡਾਈਆਕਸਾਈਡ ਐਕਸੇਲ ਕਰਦੇ ਹਾਂ ਔਰ ਜ਼ਿਆਦਾ ਐਕਸਰਸਾਈਜ਼ ਕਰਨ ਨਾਲ ਘੱਟ ਸਪਲਾਈ। ਅਨਆਕਸੀ ਸਾਹ ਕਿਰਿਆ ਦਾ ਇੱਕ ਟੋਪਿਕ ਰਹਿੰਦਾ ਹੈਗਾ। ਆਈ ਵਿਲ ਫਾਈਂਡ ਦੀ ਸਪੇਸ ਵੇਅਰ ਆਈ ਕੈਨ ਰਾਈਟ ਠੀਕ ਹੈ। ਅਨਆਕਸੀ ਸਾਹ ਕਿਰਿਆ 'ਚ ਕੀ ਹੋਏਗਾ ਗਲੂਕੋਜ਼ ਕਾਸ਼ ਟੁੱਟੇਗਾ। ਅਨਆਕਸੀ ਸਾਹ ਕਿਰਿਆ 'ਚ ਗਲੂਕੋਜ਼ ਹੈ ਆਕਸੀਜਨ ਦੀ ਸਪਲਾਈ ਤੋਂ ਬਿਨਾਂ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਬਣੇਗਾ ਠੀਕ ਹੈ। ਅਲਕੋਹਲ ਅਤੇ ਸ਼ਰਾਬ ਅਤੇ ਕਾਰਬਨ ਡਾਈਆਕਸਾਈਡ ਬਣੇਗੀ ਤਾਂ ਇਹ ਬੇਕਰੀ ਕਾਰਬਨ ਡਾਈਆਕਸਾਈਡ ਦੇ ਨਾਂ ਦਾ ਨਿਕਲਣਾ ਇਹਨੂੰ ਖਮੀਰੀਕਰਨ ਕਿਰਿਆ ਵੀ ਕਹਿੰਦੇ ਹਾਂ। ਇੱਕ ਟੋਪਿਕ ਸੀਗਾ ਆਈ ਫੋਰਗੈਟ ਟੂ ਮੇਕ ਦੀ ਸਲਾਈਡ ਠੀਕ ਹੈ। ਨੈਕਸਟ ਟਾਈਮ ਆਈ ਵਿਲ ਆਲਸੋ ਕਿਸੇ ਲੈਸਨ 'ਚ ਫਿਰ ਆਇਆ ਖਮੀਰੀਕਰਨ ਜਾਂ ਨਾਕਸੀ।